अच्छा के करना है, लेकिन कारी जब तो बार खिलवानी है, लेकिन पिस्ते चिकला भी ले दो ले आके गड्डी नू नहीं खिलवाना असा ए समझे, यानी कि इस तरीके ना सी गड्डी खिलवा दे कारी जाते तू बाहर आवे तो पिस्ते चिकला भी ले तू ही बाहर जाए। अल्ट्री मेहनती नहीं तो इल प्यूबिचिनो जितना नजदीक हो सके पॉसिबिल है मुमकिन अल मार्जिन दिस्तर दला कारी जाता दिस्तरे वाली साइड कारी जाते तो सी खिलवा दे। फर्ज करो फॉर एग्जाम्पल ਇੱਥੇ ਕੀ ਹੈ, ਇੱਥੇ ਮਰਚਾਂ ਪੀ ਦੀ ਨਹੀਂ ਹੈ, ਇੱਥੇ ਪਿਸਤਾ ਚਿਕਲੇ ਬਿਲੇ ਠੀਕ ਹੈ, ਇੱਥੇ ਸ਼ੁਰੂ ਹੁੰਦਾ ਇੱਥੋਂ ਲੈ ਕੇ ਇੱਥੋਂ ਤੱਕ ਹੈ ਕਿ ਇਹ ਮਰਚਾਂ ਪੀ ਦੇ ਨਹੀਂ ਹੈ ਪਿਸਤਾ ਚਿਕਲਾ ਬਿਲੇ ਠੀਕ ਹੈ, ਰਿਆਲੀਜ਼ਾ ਤੋਂ ਵੀ ਨਹੀਂ ਆਇਆ ਉੱਠੇ ਆ, ਯਾਨੀ ਕਿ ਇਸ ਤਰ੍ਹਾਂ ਵੀ ਨਹੀਂ ਬਣੇ ਉਹ ਤਾਂ ਉੱਠੇ ਆ, ਉਹ ਚੁੱਕ ਕੇ ਵੀ ਨਹੀਂ ਉਹਨਾਂ ਬਣਾਇਆ ਠੀਕ ਹੈ, ਯਾਨੀ ਕਿ 15 ਸੜਕ ਦੇ ਬਰਾਬਰ ਹੈ, ਇੱਥੇ ਹੁਣ ਮਰਜ਼ੀ ਨੇ ਜਿਸ ਤਰ੍ਹਾਂ ਕਰੀ ਜਾਂਦਾ ਇੱਥੇ ਹੁਣ ਗੱਡੀ ਚੱਲਦੀ ਹੈ, ਗੱਡੀਆਂ ਹੁਣ ਚਾਹੁੰਦਾ ਸਟਾਪ ਕਰਨਾ ਉਹਨਾਂ ਦੇ ਮਰਜ਼ੀ ਨੇ ਜਿਸ ਤਰ੍ਹਾਂ ਵਾਲੀ ਸਾਈਡ ਤੇ ਖਲਵਾਓ ਤੁਸੀਂ, ਲੇਕਿਨ ਕਿਸੇ ਚਿਕਲਾ ਬਿੱਲੇ ਦੇ ਉੱਤੇ ਵੀ ਨਹੀਂ ਖਲਵਾਉਣਾ, ਅਸੀਂ ਹੁਣ ਕੀ ਕਰਾਂਗੇ, ਅਸੀਂ ਗੱਡੀ ਨੂੰ ਅਸੀਂ ਖਲਵਾਉਂਦੇ, ਅਸੀਂ ਕੋਸ਼ਿਸ਼ ਕਰਾਂਗੇ ਕਾਰੀ ਜਾਤ ਤੋਂ ਬਾਹਰ ਹੋ ਜਾਏ, ਅਗਰ ਕਾਰੀ ਜਾਤ ਤੋਂ ਬਾਹਰ ਨਹੀਂ ਹੋ ਸਕਦੀ ਗੱਡੀ ਇੱਥੇ, ਅਗਰ ਬਾਹਰ ਨਹੀਂ ਖਲੋ ਸਕਦੀ ਕਿਉਂਕਿ ਇੱਧਰ ਤੇ ਪਿਸਤਾ ਚਿਕਲੇ ਬਿੱਲੇ ਆ ਜਾਂਦੇ ਤਾਂ ਉੱਤੇ ਅਸੀਂ ਨਹੀਂ ਜਾ ਸਕਦੇ, ਫਿਰ ਅਸੀਂ ਕੀ ਕਰਾਂਗੇ, ਆਪਣੀ ਗੱਡੀ ਨੂੰ ਇੱਥੇ ਨਾਲ ਕਿਨਾਰੇ ਨਾਲ ਖਲਵਾਉਂਦੇ ਇੱਥੇ ਕਿਰੇ ਕਰਕੇ ਜਿੱਥੇ ਮੁਮਕਿਨ ਹੋ ਸਕੇ ਵਾਲੀ ਥਾਂ ਤੇ ਠੀਕ ਹੈ, ਯਾਨੀ ਕਿ ਜਿਸ ਤਰ੍ਹਾਂ ਕਾਰੀ ਜਾਤ ਐ ਬਣੇਗਾ ਠੀਕ ਹੈ, ਇਸ ਸਾਈਡ ਤੇ ਅਸੀਂ ਖਲਵਾ ਦਿਆਂਗੇ, ਅਗਰ ਇੱਧਰ ਪਿਸਤਾ ਚਿਕਲਾ ਬਿੱਲੇ ਨਹੀਂ ਆ ਤਾਂ ਫਿਰ ਸਾਰੀ ਗੱਲ ਸੀ ਆ, ਹੁਣ ਜਿਹੜੀ ਲਾਈਨ ਲੱਗੀ ਹੈ ਕਾਰੀ ਜਾਤ ਵਾਲੀ ਦਿਸ ਵਾਲੀ ਅਸੀਂ ਇਸ ਤੋਂ ਬਾਹਰ ਗੱਡੀ ਇੱਥੇ ਖਲਵਾਉਣੇ ਵਾਲੀ ਥਾਂ ਤੇ ਠੀਕ। ओके ला फिरमा ता वी ताता पीछे सा की पढ़या है दो वे पुत्र फतवारे ला फिरमा ता जिथे असि स्टॉप कर सकदे सा वो चीज पढ़िया सी, हुन की पढ़ा ने ला फिरमा ता वी ताता जिथे असि पार्किंग स्टॉप नहीं कर सकदे, पार्किंग नहीं सॉरी स्टॉप, जिथे असि स्टॉप नहीं कर सकदे। नंबर 1 की है इन परसेंसा अगर मौजूद होवे ਡੈਲ ਆਪੋਜ਼ਿਟੋ ਖਾਸ ਸਿਗਨਲੇ ਸਿਗਨਲ, ਅੱਛਾ ਅਗਰ ਖਾਸ ਸਿਗਨਲ ਮੌਜੂਦ ਹੋਵੇ ਕਿਹੜਾ ਖਾਸ ਸਿਗਨਲ, ਡਿਵੀਏਟ ਦੀ ਫਿਰਮਾ ਤਾਂ ਜਿਹੜਾ ਪਤਾ ਸਿਗਨਲ ਗੋਲ ਸਿਗਨਲ ਤੇ ਉਹਦੇ ਰੈੱਡ ਕ੍ਰਾਸ ਵੱਜਿਆ ਜ਼ਰਬਦਾਰ ਦਾ ਉਹਨੂੰ ਕੀ ਆਉਂਦੇ ਨੇ ਡਿਵੀਏਟ ਦੀ ਫਿਰਮਾ ਤਾਂ, ਅਗਰ ਉਹ ਲੱਗਿਆ ਹੋਵੇ ਤਾਂ ਅਸੀਂ ਕੀ ਕਰਾਂਗੇ ਉੱਥੇ ਫਿਰਮਾ ਤਾਂ ਨਹੀਂ, ਕਿਉਂਕਿ ਉਹ ਮਨ ਵਾਲਾ ਸਿਗਨਲ ਲੱਗਿਆ ਫਿਰ ਅਸੀਂ ਉੱਥੇ ਫਿਰਮਾ ਤਾਂ ਨਹੀਂ ਕਰ ਸਕਦੇ। ਇਨ ਤੂਤੀ ਲੂਗੀ ਤਮਾਮ ਜਗ੍ਹਾ ਦੋਵੇ ਜਹਾਂ ਸੀਆ ਦੇ ਇੰਤਰਾਲ ਚ ਆਲਾ ਚਿਰ ਕਲਾਸੀਓ ਨੀ, ਜਿੱਥੇ ਬਣੇ ਗੱਡੀਆਂ ਦੇ ਚੱਲਣ ਵਿੱਚ ਰੁਕਾਵਟ ਅਸੀਂ ਉੱਥੇ ਵੀ ਨਹੀਂ ਕਰ ਸਕਦੇ। ਫਾਰ ਐਗਜ਼ਾਮਪਲ ਐਗਜ਼ਾਮਪਲ ਮੈਂ ਦੇਣਾ ਕਿ ਅਗਰ ਅਸੀਂ ਜਾ ਰਹੇ ਹਾਂ ਇੱਕ ਸੜਕ ਹੈ ਸਾਡੇ ਮਗਰ ਗੱਡੀਆਂ ਆ ਰਹੀਆਂ, ਅਸੀਂ ਹੁਣ ਅੱਗੇ ਸਟਾਪ ਕਰਤੀ ਕਿਉਂਕਿ ਉੱਥੇ ਤਾਂ ਮਨਾ ਹੈ ਫਿਰ ਨੋ ਸੋਰੀ, ਉੱਥੇ ਅਸੀਂ ਅਗਰ ਸਟਾਪ ਕਰਨੇ ਹਾਂ ਤਾਂ ਪਿਛਲੀਆਂ ਸਾਰੀਆਂ ਰੁਕ ਜਾਣੀਆਂ, ਰੁਕਾਂਗੀਆਂ ਕੀ ਇੰਤਰਾਲ ਚੋਂ ਬਣੇਗੀ ਉਹ ਅੱਛਾ ਰੁਕਾਵਟ ਬਣੇਗੀ ਪਿਛਲੀਆਂ ਨੂੰ ਚੱਲਣ ਵਿੱਚ, ਅਸੀਂ ਅੱਗੇ ਤਾਂ ਨਹੀਂ ਸਟਾਪ ਕਰ ਸਕਦੇ ਗੱਡੀਆਂ ਦੇ, ਨਾ ਕਿ ਅਸੀਂ ਅੱਗੇ ਸਟਾਪ ਕਰਕੇ ਤੇ ਪਿਛਲੀਆਂ ਨੂੰ ਬੰਦ ਕਰਕੇ ਖਲਵਾਈ ਰੱਖੀ ਕੀ ਜੀ ਮੈਨੂੰ ਕੰਮ ਹੈ ਮੈਂ ਸਵਾਰੀਆਂ ਲਾਣੀਆਂ ਨੇ ਠੀਕ ਹੈ, ਅਸੀਂ ਉੱਥੇ ਵੀ ਨਹੀਂ ਖਲੋ ਸਕਦੇ। ਨੰਬਰ 2 ਕਿਹੜੀ ਜਗ੍ਹਾ ਵੇ ਫੋਰੀ ਦੇ ਚੰਤਰੀ ਆਬੀ ਦਾਤੀ ਰਿਆਸ਼ੀ ਇਲਾਕੇ ਤੋਂ ਬਾਹਰ ਇਨ ਕੋਰਿਸਪੋਡੈਂਸ ਦਾ ਨਜ਼ਦੀਕ ਇਨ ਪ੍ਰੋਸੀਮਿਤਾ ਅੱਗੇ ਆਲੇ ਨਾਲੇ ਆ ਰਹੀ ਦੀ ਇੰਟਰਸੈਕਸ਼ਨ ਨੀ, ਜਿਹੜੇ ਇੰਟਰਸੈਕਸ਼ਨ ਚੌਂਕ ਨੇ ਨਾ ਫੋਰੀ ਦੀ ਰਿਆਸ਼ੀ ਚੰਤਰੀ ਆਬੀ ਦਾਤੀ ਰਿਆਸ਼ੀ ਇਲਾਕੇ ਤੋਂ ਬਾਹਰ ਜਿੱਥੇ ਕੀ ਆਖਦੇ ਨੇ ਇਹਨਾਂ ਨੂੰ ਇੰਟਰਸੈਕਸ਼ਨ ਚੌਂਕ ਨੇ ਉੱਥੇ ਕੀ ਹੋਵੇਗਾ, ਉੱਥੇ ਮਨਾ ਹੋਵੇਗਾ ਕਿਸ ਕਿਸ ਚੀਜ਼ ਦਾ ਮਨਾ ਹੋਵੇਗਾ, ਅਸੀਂ ਉੱਥੇ ਨਹੀਂ ਬਣਾ ਸਕਦੇ ਇੰਟਰਸੈਕਸ਼ਨ ਦੀ ਚੌਂਕ ਠੀਕ ਹੈ। ਫੋਰੀ ਦੇ ਚੰਤਰੀ ਅਵਿਤਾ ਤੇ ਰਿਆਸ਼ੀ ਇਲਾਕੇ ਤੋਂ ਬਾਹਰ ਯਾਨੀ ਕਿ ਪਿੰਡੂ ਬਾਹਰ ਜਿਹੜੇ ਚੌਂਕ ਨੇ ਉਹਨਾਂ ਦੇ ਸਾਹਮਣੇ ਵੀ ਅਸੀਂ ਕੀ ਅਸੀਂ ਫਿਰਮਾਤਾ ਨਹੀਂ ਕਰ ਸਕਦੇ। ਨੰਬਰ 3 ਕੀ ਚੀਜ਼ ਹੈ ਨਹੀਂ ਚੰਤਰੀ ਅਵਿਤਾ ਤੀ ਪਿੰਡਾਂ ਦੇ ਵਿੱਚ ਆਉਣ, ਅੱਗੇ ਅਸਾਂ ਪੜਿਆ ਫੋਰੀ ਦੀ ਚੰਤਰੀ ਅਵਿਤਾ ਤੀ ਆਉਣਾ ਦਾ ਨਹੀਂ ਚੰਤਰੀ ਅਵਿਤਾ ਰਿਆਸ਼ੀ ਇਲਾਕਿਆਂ ਦੇ ਵਿੱਚ ਇਨ ਕੋਰਿਸਪੋਡੈਂਸ ਦਾ ਨਜ਼ਦੀਕ ਦਲੇ ਆ ਰਹੀ ਹੈ ਦੀ ਇੰਟਰਸੈਕਸ਼ਨ ਚੌਂਕਾਂ ਨਜ਼ਦੀਕ, ਅੱਛਾ ਪਿੰਡਾਂ ਤੋਂ ਬਾਹਰ ਚੌਂਕਾਂ ਦੇ ਨਜ਼ਦੀਕ ਹੀ ਹੈ, ਅਸੀਂ ਕੀ ਕਰ ਸਕਦੇ ਹਾਂ ਫਿਰ ਮਾਤਾ ਕੋਰਿਸਪੋਡੈਂਸ ਆਉਂਦੇ ਨੇ ਬਿਲਕੁਲ ਉੱਤੇ ਜਾ ਕੇ ਚੌਂਕ ਦੇ ਨਜ਼ਦੀਕ ਨਹੀਂ ਬਿਲਕੁਲ ਉੱਤੇ ਜਾ ਕੇ ਕੀ ਹੋਵੇਗਾ ਅਸੀਂ ਸਟਾਪ ਨਹੀਂ ਕਰ ਸਕਦੇ ਉੱਥੇ ਰੁਕ ਨਹੀਂ ਰੁਕ ਸਕਦੇ ਰਿਆਸ਼ੀ ਇਲਾਕੇ ਤੋਂ ਬਾਅਦ, ਹੁਣ ਇੱਥੇ ਤਾਂ ਨਹੀਂ ਚੰਤਰੀ ਅਬੀ ਦਾ ਤੇ ਰਿਆਸ਼ੀ ਇਲਾਕਿਆਂ ਦੇ ਵਿੱਚ ਇਨ ਕੋਰਿਸਪੋਡੈਂਸ ਨਜ਼ਦੀਕ ਉੱਤੇ ਜਾ ਕੇ ਨਜ਼ਦੀਕ ਡਲੇ ਆ ਰਹੀ ਹੈ ਦੀ ਇੰਟਰਸੈਕਸ਼ਨ ਜਿਹੜੀਆਂ ਜਗ੍ਹਾ ਨੇ ਚੌਂਕਾਂ ਦੀਆਂ ਇਨਕਰੋਚੀ ਹੋ ਜਾਣੀਆਂ ਪਸਾਜੀ ਵਾਲੇ ਵੇਲੇ ਫਾਟਕ ਹੋ ਜਾਣੀਆਂ ਚੌਂਕ ਹੋ ਜਾਣ ਉਹਨਾਂ ਦੇ ਨਜ਼ਦੀਕ ਹੀ ਹੈ ਇਨ ਪ੍ਰੋਸੀਮਿਤਾ ਅੱਗੇ ਦੀ ਐਸੋ ਆ ਮੇਨ ਦੀ ਚਿੰਕੋਮੈਟਰੀ ਉਹਨਾਂ ਦੇ ਅੱਗੇ 5 ਮੀਟਰ ਪਹਿਲੇ ਪਹਿਲੇ ਅਸੀਂ ਇਲਾਕੇ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਅਸੀਂ ਸਟਾਪ ਨਹੀਂ ਕਰ ਸਕਦੇ ਸਲਵ ਦਿਵਸ ਅਸੀਂ ਨਾਲ ਅਸੀਂ ਅਗਰ ਕੋਈ ਹੋਰ ਸਿਗਨਲ ਨਹੀਂ ਉੱਥੇ ਆ ਕੇ, ਅੱਛਾ ਉਹਨੇ ਚੀਜ਼ ਸਮਝਣ ਵਾਲੀ ਹੈ ਫਰਜ਼ ਕਰੋ ਫਰਜ਼ ਕਰੋ ਇਹ ਚੌਂਕ ਇੱਕ ਇਹ ਜਿਹੜਾ ਇਹ ਚਾਰ ਮੁਕਤਿਆ ਆਪਣੇ ਵੀ ਚੌਂਕ ਹੀ ਹੈ ਠੀਕ ਹੈ ਫਰਜ਼ ਕਰੋ ਇਹ ਚੌਂਕ ਹੈ, ਅੱਛਾ ਹੁਣ ਅਸਾਂ ਕੀ ਕਰਨਾ ਅਸੀਂ ਇੱਧਰ ਗੱਡੀ ਵੀ ਆਉਂਦੀ ਅਸੀਂ ਇੱਥੋਂ ਵੀ ਆਉਂਦੇ ਹਾਂ
ਇਹ ਸਾਰਾ ਕਰ ਹੀ ਜਾਂਦਾ, ਕਾਲੀ ਲਾਣ ਕਰ ਹੀ ਜਾਂਦਾ, ਠੀਕ ਹੈ ਜੀ, ਇਹ ਸਾਰਾ ਕਰ ਹੀ ਜਾਂਦਾ। ਅਸਾਂ ਹੁਣ ਕੀ ਹੈ, ਇੱਥੋਂ ਚੌਂਕ ਤੋਂ ਗਿਣਨਾ, ਅਸਾਂ 5 ਮੀਟਰ ਇੱਥੋਂ ਦੂਰ ਆ ਜਾਣਾ, ਫਰਜ਼ ਕਰੋ 5 ਮੀਟਰ ਇੱਥੇ ਆਉਂਦਾ, ਇੱਥੋਂ ਤੱਕ ਫਾਸਲਾ ਕਿੰਨਾ ਹੋਵੇ 5 ਮੀਟਰ, ਚੌਂਕ ਤੋਂ ਲੈ ਕੇ ਇੱਥੋਂ ਤੱਕ ਕਿੰਨਾ ਬਣਦਾ, 5 ਮੀਟਰ ਬਣ ਜਾਂਦਾ ਸਾਡੀ ਗੱਡੀ ਇੱਥੇ ਵੀ। ਅਸੀਂ ਹੁਣ ਫਿਰਮਾਤਾ ਕੀ ਕਰ ਸਕਦੇ ਹਾਂ, ਇੱਥੇ ਅਸੀਂ ਫਿਰਮਾਤਾ ਕਰ ਸਕਦੇ ਹਾਂ, ਇੱਥੇ ਕਰ ਸਕਦੇ ਹਾਂ, ਇੱਥੇ ਕਰ ਸਕਦੇ ਹਾਂ, ਇੱਥੇ ਕਰ ਸਕਦੇ ਹਾਂ, ਇੱਥੇ। ਲੇਕਿਨ ਜੋ 5 ਮੀਟਰ ਸ਼ੁਰੂ ਹੁੰਦਾ ਨਾ, ਇੱਥੋਂ ਲੈ ਕੇ ਚੌਂਕ ਤੱਕ 5 ਮੀਟਰ ਬਣਦਾ, ਅਸੀਂ ਇਹਦੇ ਵਿੱਚ ਫਿਰਮਾਤਾ ਨਹੀਂ ਕਰ ਸਕਦੇ, ਠੀਕ ਹੈ ਜੀ, ਸਮਝ ਆ ਗਈ ਚੀਜ਼ ਨੂੰ। ਯਾਨੀ ਕਿ ਚੌਂਕ ਤੋਂ ਲੈ ਕੇ ਵਾਪਸ ਚੌਂਕ ਤੋਂ ਸ਼ੁਰੂ ਹੋ ਕੇ ਵਾਪਸ ਲਿਆਉਣਾ 5 ਮੀਟਰ, 5 ਮੀਟਰ ਦੇ ਵਿੱਚ ਤੱਕ ਅਸੀਂ ਫਿਰਮਾਤਾ ਨਹੀਂ ਕਰ ਸਕਦੇ, ਉਦੋਂ 5 ਮੀਟਰ ਤੋਂ ਅਗਾਂਹ ਜੇ 6ਵਾਂ ਮੀਟਰ ਬਣਦਾ ਜਾਂ 7ਵਾਂ ਮੀਟਰ ਬਣਦਾ, ਤੇ ਉਹਦੇ ਵਿੱਚ ਅਸੀਂ ਫਿਰਮਾਤਾ ਕਰ ਸਕਾਂਗੇ, ਠੀਕ ਹੈ। ਉਮੀਦ ਸਮਝ ਗਏ ਉਹਦੇ ਚੀਜ਼ ਨੂੰ, ਸਿੰਪਲ ਚੀਜ਼ ਹੈ। ਓਕੇ ਨਹੀਂ ਚੈਂਤਰੀ ਇਸੇ ਸਿਰਫ ਪਿੰਡਾਂ ਦੇ ਵਿੱਚ ਹੈ, ਪਿੰਡਾਂ ਤੋਂ ਬਾਹਰ ਨਹੀਂ ਹੈ, ਠੀਕ ਹੈ ਜੀ। ਨਹੀਂ ਚੈਂਤਰੀ ਅਭੀ ਤਾਂ ਤੀਨ ਕੋਰਸਪੋਂਡੈਂਸ ਹੈ, ਦਲਿਆਰੀ ਦੀ ਇੰਟਰਸੈਕਸ਼ਨ ਚੌਂਕ ਹੋ ਜਾਣ ਜਾਂ ਪਸਾਜੂ ਵੱਲ ਵੇਲੇ ਹੋ ਜਾਣ ਜਾਂ ਫਾਟਕ ਹੋ ਜਾਣ, ਇਹਨੂੰ ਪ੍ਰੋਸੀਮੀ ਤਾਂ ਉਹਨਾਂ ਦੇ ਅੱਗੇ ਦੀ ਐਸੇ, ਯਾਨੀ ਕਿ ਉਹਨਾਂ ਦੇ ਅੱਗੇ ਆ ਮੇਨ ਉਹਦੀ ਚਿੰਕ ਵੀ ਮੇਤਰੀ, ਅਗਰ ਕ 5 ਮੀਟਰ ਉਹਦੇ ਦੇ ਵਿੱਚ ਅਸੀਂ ਸਿਗਨਲ ਪਾਰਕਿੰਗ ਸਟਾਪ ਨਹੀਂ ਕਰ ਸਕਦੇ, ਸਭ ਵਧੀਆ ਅਸੀਂ ਰਾਸ਼ਨ, ਅਗਰ ਕੋਈ ਹੋਰ ਸਿਗਨਲ ਨਹੀਂ ਉੱਥੇ ਆਇਆ ਤਾਂ, ਠੀਕ ਹੈ, ਯਾਦ ਰੱਖਣਾ। ਨੰਬਰ 3 ਤੋਂ ਬਾਅਦ ਆ ਜਾਂਦੀ ਨੰਬਰ 4 ਇਨ ਕੋਰਿਸਪੋਂਡੈਂਸ, ਉਹ ਇਨ ਪ੍ਰੋਸੀਮੀਤਾ ਦੇ ਪਸਾਜੀ ਵਾਲੇ ਵੇਲੀ ਕੋਰਿਸਪੋਂਡੈਂਸ ਉਹਨਾਂ ਦੇ ਉੱਤੇ, ਉਹ ਪ੍ਰੋਸੀਮੀਤਾ ਜਾਂ ਉਹਨਾਂ ਤੋਂ ਅੱਗੇ ਦੀ ਪਸਾਜੀ ਵਾਲੇ ਵੇਲੋ ਫਾਟਕ, ਯਾਨੀ ਕਿ ਫਾਟਕਾਂ ਦੇ ਉੱਤੇ ਜਾਂ ਫਾਟਕਾਂ ਤੋਂ ਅੱਗੇ ਅਸੀਂ ਸਟਾਪ ਨਹੀਂ ਕਰ ਸਕਦੇ, ਜਿਹੜੇ ਟ੍ਰੇਨ ਦੇ ਫਾਟਕ ਹੁੰਦੇ ਨੇ। ਨੰਬਰ 5 ਚੀਜ਼ ਕੀ ਹੈ, ਸੋ ਦਿਨਾਰੀ ਜਿਹੜੀ ਪਟਰੀ ਹੈ ਦੀ ਲੀਨੀਆ ਫੇਰੋ ਵੀ ਆ ਰਹੀ ਹੈ, ਯਾਨੀ ਕਿ ਜਿਹੜੀ ਟ੍ਰੇਨ ਦੀ ਪਟਰੀ ਹੈ ਉਸ ਦੇ ਉੱਤੇ ਵੀ ਅਸੀਂ ਸਟਾਪ ਨਹੀਂ ਕਰ ਸਕਦੇ, ਟਰਾਮ ਵੀ ਆ ਰਹੀ ਆ ਔਰ ਟਰਾਮ ਦੀ ਪਟਰੀ ਦੇ ਉੱਤੇ ਵੀ ਅਸੀਂ ਸਟਾਪ ਨਹੀਂ ਕਰ ਸਕਦੇ, ਉਹ ਕੁਜੀ ਵਿਚੀਨੋ ਔਰ ਇਸੇ ਤਰ੍ਹਾਂ ਨਜ਼ਦੀਕ ਡੀ ਐਸ ਸੀ ਏ ਦਾ ਇੰਤਰਾਲਾਚਾਰ ਰੁਕਾਵਟ ਬਣੇ ਲਾ ਮਾਰਚਾ ਦੀ ਵਹੀਕੁਲੀ ਸਰੋਤ ਆਈ ਆ, ਔਰ ਇਸੇ ਤਰ੍ਹਾਂ ਅਗਰ ਰੁਕਾਵਟ ਬਣੇ ਲਾ ਮਾਰਚਾ ਚੱਲਣ ਦੇ ਵਿੱਚ ਡੀ ਵਹੀਕੁਲੀ ਸਰੋਤ ਆਈ ਆ, ਜਿਹੜੀਆਂ ਗੱਡੀਆਂ ਪਟਰੀ ਦੇ ਉੱਤੇ ਚੱਲੀਆਂ ਨੇ, ਟ੍ਰੇਨ ਮੈਟਰੋ ਬੱਸ ਇੰਨਾ ਟ੍ਰੇਨ ਮੈਟਰੋ ਟਰਾਮ ਵਗੈਰਾ ਅਗਰ ਉਹ ਚੱਲਦੀਆਂ ਨੇ, ਉਹਨਾਂ ਦੇ ਵਿੱਚ ਚੱਲਣ 'ਚ ਰੁਕਾਵਟ ਬਣੇ ਤਾਂ ਅਸੀਂ ਉਹਨਾਂ ਦੇ ਵੀ ਨਜ਼ਦੀਕ ਪਾਰਕਿੰਗ ਫਿਰਮਾਤਾ ਨਹੀਂ ਕਰਾਂਗੇ, ਠੀਕ ਹੈ ਜੀ, ਨਾ ਹੀ ਉਹਨਾਂ ਦੀਆਂ ਪਟਰੀਆਂ ਅਤੇ ਨਾ ਹੀ ਉਹਨਾਂ ਦੇ ਚੱਲਣ 'ਚ ਅਗਰ ਰੁਕਾਵਟ ਬਣੇ ਤਾਂ ਅਸੀਂ ਫਿਰਮਾਤਾ ਨਹੀਂ ਕਰਾਂਗੇ। ਨੰਬਰ 6 ਚੀਜ਼ ਕੀ ਹੈ, ਨੈਲੇ ਗੈਲਰੀਏ ਜਿਹੜੀਆਂ ਗਾਰਾਂ ਅਤੇ ਸੁਰੰਗਾਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਵੀ ਅਸੀਂ ਫਿਰਮਾਤਾ ਨਹੀਂ ਕਰ ਸਕਦੇ, ਸਭ ਵਧੀਆ ਸੱਸੀ ਨਾਲ ਆਸੀਆਂ ਨਹੀਂ ਅਗਰ ਕੋਈ ਹੋਰ ਸਿਗਨਲ ਨਹੀਂ ਆਇਆ ਤਾਂ। ਨਹੀਂ 7 ਨੰਬਰ ਚੀਜ਼ ਕੀ ਹੈ, ਨਹੀਂ ਸੋਤੋ ਵੀ ਆ, ਨਹੀਂ ਸੋਤੋ ਵੀ ਆ ਕਿ ਕਿਹੜੀਆਂ ਹੁੰਦੀਆਂ ਨੇ, ਜਿਹੜਾ ਥੱਲੋਂ ਦੀ ਰਾਹ ਪਤਾ ਤਾਂ ਵੇਖਿਆ ਉੱਤੇ ਪੁਲ ਬਣ ਜਾਂਦਾ ਥੱਲੋਂ ਦੀ ਰਾਹ ਉਹਦੇ ਕੱਢਦੇ ਨੇ, ਅਸੀਂ ਕੀ ਕਰਾਂਗੇ ਉਹਦੇ ਵਿੱਚ ਵੀ, ਅਸੀਂ ਨਹੀਂ ਸੋਤੋ ਵੀ ਆ ਉਹਦੇ ਵਿੱਚ ਵੀ ਅਸੀਂ ਸਟਾਪ ਨਹੀਂ ਕਰਾਂਗੇ। ਸੋਤੋ ਇਸ ਹੋਵਰਾ ਪਸਾਜੀ ਥੱਲੇ ਜਾਂ ਸੋਵਰਾ ਪਸਾਜੀ ਹੁੰਦਾ, ਅੱਛਾ ਜਿਹੜਾ ਰਾਹ ਤੇ ਹੁੰਦਾ ਥੱਲੋਂ ਜਾਣਾ ਉਹਨਾਂ ਨੇ ਸੋਤੋ ਵੀ ਆ ਜਾਂ ਸੋਤੋ ਪਸਾਜੋ, ਜਿਹੜਾ ਹੁੰਦਾ ਉੱਤੋਂ ਦੀ ਰਾਹ ਲੱਗਦਾ, ਯਾਨੀ ਕਿ ਜਿਹੜਾ ਪੁਲ ਦੇ ਉੱਤੋਂ ਦੀ ਰਾਹ ਜਾਂਦਾ ਉਹਨੂੰ ਕੀ ਆਖਾਂਗੇ ਸੋਵਰਾ ਪਸਾਜੀ, ਸੋਵਰਾ ਯਾਨੀ ਉੱਤੋਂ ਪਸਾਜੀ ਗੁਜ਼ਰਦੇ ਨੇ ਜਿਹੜਾ ਉਤਲਾ ਰਾਹ ਹੋਵੇ, ਸੋ ਤੋਂ ਨੀਚੇ ਇਹ ਸੋਵਰਾ ਪਸਾਜੀ ਜਾਂ ਜਿਹੜੇ ਉੱਪਰ ਤੇ ਗੁਜ਼ਰਦੇ ਨੇ ਉੱਥੇ ਵੀ ਅਸੀਂ ਕੀ ਕਰਾਂਗੇ, ਅਸੀਂ ਫਿਰਮਾਤਾ ਨਹੀਂ ਕਰ ਸਕਦੇ, ਸਾਲਵੋ ਦਿਵੇਰਸਾ ਸਿਗਨਲ ਆਸੀ ਹੋਣੀ ਅਗਰ ਕੋਈ ਹੋਰ ਸਿਗਨਲ ਨਹੀਂ ਹੈ ਤੇ। ਨੰਬਰ 8 ਕੀ ਚੀਜ਼ ਹੋਵੇ ਜੀ, 8 ਚੀਜ਼ ਹੋਵੇ ਜੀ ਇਨ ਪ੍ਰੋਸੀਮੀਤਾ ਦੇ ਦੋਸ਼ੀ, ਜੰਪ ਤੋਂ ਪਹਿਲੇ ਜੰਪ ਦੇ ਅੱਗੇ, ਠੀਕ ਹੈ, ਜੰਪ ਤੋਂ ਬਾਅਦ ਨਹੀਂ ਹੈ ਜੰਪ ਤੋਂ ਪਹਿਲੇ, ਜਿਤਨੀ ਵੀ ਦੋਸ਼ੀ ਬਣਦੀਆਂ ਨੇ, ਦੋਸ਼ੀ ਦੀਆਂ ਕੰਡੀਸ਼ਨਾਂ ਮੈਂ ਦੱਸੀਆਂ ਸਨ, ਇੱਕ ਦੋਸ਼ੀ ਆਰਟੀਫਿਸ਼ੀਅਲ ਹੁੰਦੀ ਹੈ, ਇੱਕ ਦੋਸ਼ੀ ਉਂਝ ਬਣਿਆ ਹੁੰਦਾ ਜੰਪ ਢਾਲ ਟੈਪ ਹੁੰਦੀ ਹੈ, ਪਰਲੀ ਸਾਈਡ ਤੇ ਸੜਕ ਨਜ਼ਰ ਹੀ ਨਹੀਂ ਆਉਂਦੀ ਹੁੰਦੀ ਹੈ, ਠੀਕ ਹੈ, ਉਹਨਾਂ ਦੀ ਜਿਹੜੀ ਉਰਲੀ ਸਾਈਡ ਹੁੰਦੀ ਹੈ ਪ੍ਰੋਸੀਮੀਤਾ ਦੋਸ਼ੀ, ਜੰਪ ਤੋਂ ਪਹਿਲੇ ਉੱਥੇ ਵੀ ਅਸੀਂ ਫਿਰਮਾਤਾ ਨਹੀਂ ਕਰ ਸਕਦੇ। ਨੰਬਰ 9 ਚੀਜ਼ ਕੀ ਹੈ ਜਿੱਥੇ ਅਸੀਂ ਫਿਰਮਾਤਾ ਨਹੀਂ ਕਰ ਸਕਦੇ, ਨਾਲੇ ਕੁਰਵੇ ਜਿਹੜੇ ਮੋੜ ਨੇ, ਠੀਕ ਹੈ ਜੀ, ਉਹਨਾਂ ਤੇ ਅਸੀਂ ਨਹੀਂ ਕਰ ਸਕਦੇ, ਕਿਹੜੇ, ਇਹ ਫੋਰੀ ਬਾਹਰ ਇਹਦੀ ਚੈਂਤਰੀ ਅਭਿਦਾ ਤੇ, ਫੋਰੀ ਦੀ ਚੈਂਤਰੀ ਅਭਿਦਾ ਤੇ ਰਿਹਾਇਸ਼ੀ ਇਲਾਕੇ ਤੋਂ ਬਾਹਰ ਇਹ ਸੁਲਸਤਾ ਦੇ ਐਸਟ੍ਰੋ ਵਨ ਦੀ ਸਕੂਰੀ ਮੇਨ ਤੋਂ ਆਈ ਕੇ ਇਨ ਲੋਰੋ ਪ੍ਰੋਸੀਮੀਤਾ ਔਰ ਉਹਨਾਂ ਦੇ ਅੱਗੇ ਜਿਹੜੇ ਸੜਕਾਂ ਨੇ ਸਤਰਾ ਦੇ ਐਸਟ੍ਰੋ ਵਨ ਦੀ ਸਕੂਰੀ ਮੇਨ ਤੋਂ, ਸਕੂਰੀ ਮੇਨ ਤੋਂ ਸੜਕਾਂ ਕਿਹੜੀਆਂ ਹੁੰਦੀਆਂ ਨੇ, ਸਕੂਰੀ ਮੇਨ ਤੋਂ ਸੜਕਾਂ ਹੁੰਦੀਆਂ ਨੇ ਜਿਨ੍ਹਾਂ ਦੇ ਆਲਮੇ ਨੂੰ ਕਾਰੀ ਜਾਤਾ ਹੋਵੇ, ਕਿਸੇ ਤਰ੍ਹਾਂ ਤੋਂ ਟ੍ਰੈਫਿਕ ਉਹਨਾਂ ਦਾ ਸਕੂਰੀ ਮੇਨ ਤੋਂ, ਠੀਕ ਹੈ, ਉਹਨਾਂ ਨੂੰ ਕੀ ਹੁੰਦੀਆਂ ਨੇ ਸੁਲਸਤਰਾ ਦੇ ਉਰਬਾਨੇ ਦੀ ਸਕੂਰੀ ਮੇਨ ਤੋਂ ਅਸੀਂ ਉਹਨਾਂ ਦੇ ਨਹੀਂ ਕਰ ਸਕਦੇ ਆ ਫਿਰਮਾਤਾ ਉਹਨਾਂ ਸੜਕਾਂ ਦੇ ਅੱਗੇ, ਉਹਨਾਂ ਸੜਕਾਂ ਦੇ ਯਾਨੀ ਕਿ ਅੰਕੇ ਲੋਰੋ ਪ੍ਰੋਸੀਮੀਤਾ ਔਰ ਉਹਨਾਂ ਦੇ ਅੱਗੇ ਵੀ, ਠੀਕ ਹੈ, ਯਾਨੀ ਕਿ ਅਸੀਂ ਇਹ ਸਟਾਪ ਨਹੀਂ ਕਰ ਸਕਦੇ। ਨੰਬਰ 10 ਚੀਜ਼ ਕੀ ਹੈ, ਜਿੱਥੇ ਸਤਰਾ ਦੇ ਉਰਬਾਨੇ ਸੁਲਸਤਰਾ ਦੇ ਉਰਬਾਨੇ ਦੀ ਸਕੂਰੀ ਮੇਨ ਤੋਂ ਆ ਜਾਏ,